ग्लोबल पंजाब टीवी ते जगतार सिंह सिद्धू वल्लों दर्शकों का स्वागत है। पंजाब दीआं वख-वख किसान जथेबंदियां वल्लों मुख्यमंत्री सरदार प्रकाश सिंह बादल नाल किसानी मुद्दियां ते जिहड़ी मुलाकात की गई, खास तौर पर नरमा पट्टी के किसानों नूं जिहड़ी मुश्किल का सामना करना पै रिहा, वो गल्लबात तकरीबन बेसिट रही, उहदे चों कोई भी गल उभर के सामने नहीं आई। ये वक्री गल है कि सरकार का दावा है कि असी किसानां लई जो कुछ कर सकते हैं वध तों वध कर रहे हैं। दूजे पासे किसान जथेबंदियों का कहना है कि सरकार का अड़ेल वतीरा है जिहदे करके गलबात किसी सिरे ते नहीं पहुँच सकी। कारण कोई भी होण, इहदे बारे कोई दो राव नहीं कि चाहे पंजाब का किसान है जां देश का किसान है, इस वेले गंभीर संकट दे विच दी गुजर रहा है। इन्हां सारे मुद्दों से चर्चा शामिल ने जिहड़े साडे नाल खास मेहमान ਸਾਹ ਹਰਜੀਤ ਸਿੰਘ ਗਰੇਵਾਲ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ ਅਤੇ ਪਾਰਟੀ ਦੇ ਕਿਸਾਨ ਵਿੰਗ 'ਚ ਲੰਬਾ ਸਮਾਂ ਕੰਮ ਕਰਦੇ ਰਹੇ, ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿ ਸਮਾਜਿਕ ਮੁੱਦਿਆਂ 'ਤੇ ਆਪਣੀ ਵਿਸ਼ੇਸ਼ ਮਹਾਰਤ ਰੱਖਦੇ ਹੈ, ਪਾਰਲੀਮੈਂਟ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ 'ਚੋਂ ਤਾਂ ਹਨ ਹੀ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਅੰਦਰ ਜਿਹੜੀਆਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਕਾਰ ਗੱਲਬਾਤ ਕਿਸੇ ਨੇੜਤਾ 'ਤੇ ਲਿਆਉਣ ਦੇ ਲਈ ਇੱਕ ਅਹਿਮ ਭੂਮਿਕਾ ਵੀ ਨਿਭਾਈ। ਮੈਂ ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਲਈ ਤਿੰਨਾਂ ਮਹਿਮਾਨਾਂ ਨੂੰ ਜੀ ਆਖਦਾ। ਪ੍ਰੋਫੈਸਰ, ਜਿੱਦਾਂ ਆਪਾਂ ਇਸ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈਗਾ, ਸਾਡੀ ਜਾਣਕਾਰੀ ਮੁਤਾਬਕ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਅਤੇ ਸਰਕਾਰ ਵਿਚਕਾਰ ਤਾਂ ਕਿ ਗੱਲਬਾਤ ਕਿਸੇ ਸਿੱਟੇ 'ਤੇ ਪਹੁੰਚ ਸਕੇ ਐਫਰਟਸ ਕੀਤੀਆਂ, ਪਰ ਅਲਟੀਮੇਟਲੀ ਗੱਲਬਾਤ ਕਿਸੇ ਖਾਸ ਨਤੀਜੇ 'ਤੇ ਪਹੁੰਚੇ ਤੋਂ ਬਗੈਰ ਹੀ ਖਤਮ ਹੋ ਗਈ। ਇਸ ਬਾਰੇ ਅਸੀਂ ਜਾਣਨਾ ਚਾਹਾਂਗੇ ਆਪਣੇ ਦਰਸ਼ਕਾਂ ਲਈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮੈਂ ਨਹੀਂ ਸਮਝਦਾ ਵੀ ਕਿਸਾਨ ਇਹ ਕੋਈ ਬੇਸਿੱਟਾ ਰਹੀ ਹੈ ਜਾਂ ਸਫਲ ਨਹੀਂ ਹੋਈ ਜੀ। ਜੋ ਸਰਕਾਰ ਚਾਹੁੰਦੀ ਸੀ, ਪੰਜਾਬ ਦੇ ਲੋਕ ਚਾਹੁੰਦੇ ਸੀ, ਉਹ ਅਸੀਂ ਕਰਨ ਦੇ ਵਿੱਚ ਸਫਲ ਹੋਏ ਹਾਂ ਜੀ। ਕਿਉਂਕਿ ਰੇਲਾਂ ਰੋਕਣ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ ਇੱਕ ਬਹੁਤ ਤਣਾਅ ਵਾਲਾ, ਟਕਰਾਅ ਵਾਲਾ ਔਰ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਵਾਲਾ ਮਾਹੌਲ ਬਣਿਆ ਹੋਇਆ ਸੀ ਜੀ। ਸਾਡੇ ਲਈ ਸਭ ਤੋਂ ਪਹਿਲਾਂ ਅਮਨ ਕਾਨੂੰਨ ਭਾਈਚਾਰਾ ਸਾਂਝ ਕਾਇਮ ਰੱਖਣਾ ਮੋਸਟ ਪ੍ਰਾਇਓਰਟੀ ਹੈ ਸਰਕਾਰ ਦੀ, ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਪਹਿਲਕਦਮੀ 'ਤੇ ਕਿਸਾਨ ਜਥੇਬੰਦੀਆਂ ਆਈਆਂ ਜੀ। ਪਾਲ ਸਾਹਿਬ ਨੇ ਉਹਦਾ ਸਵਾਗਤ ਵੀ ਕੀਤਾ ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਸਰਕਾਰ ਇਹ ਜੋ ਉਹਨਾਂ ਦੀਆਂ ਮੰਗਾਂ ਸੀ, ਦੋ ਹਿੱਸਿਆਂ ਸੀ, ਇੱਕ ਤਾਂ ਉਹ ਮੰਗਾਂ ਸੀ ਜਿਹੜੀਆਂ ਪੰਜਾਬ ਸਰਕਾਰ ਦੇ ਪ੍ਰਵਿਊ ਸੀ, ਇੱਕ ਉਹ ਸੀ ਜਿਹੜੀਆਂ ਕੇਂਦਰ ਸਰਕਾਰ ਦੇ ਪ੍ਰਵਿਊ ਸੀ, ਅਤੇ ਦੋਨਾਂ ਨੂੰ ਅਸੀਂ ਡਿਵਾਈਡ ਕਰਕੇ ਅਤੇ ਆਪਣਾ ਲੌਜਿਕ ਨਾਲ, ਫਰੀ ਮਾਇੰਡ ਨਾਲ, ਜਦੋਂ ਇਕੱਲੇ ਇਕੱਲੇ ਇਸ਼ੂ 'ਤੇ ਡਿਸਕਸ਼ਨ ਹੋਈ ਜੀ ਜੀ, ਉਹ ਉਹਨਾਂ ਨੂੰ ਦੱਸਿਆ ਵੀ ਪੰਜਾਬ ਸਰਕਾਰ ਕਿਸਾਨਾਂ ਲਈ ਜੋ ਕਰ ਰਹੀ ਹੈ, ਫਰਜ਼ ਕਰਿਆ ਵੀ ਪਰ ਏਕੜ ਮੁਆਵਜ਼ੇ ਦੀ ਗੱਲ ਸੀ ਜੀ, 8,000 ਪਰ ਏਕੜ ਰਿਲੀਫ ਦਿੱਤਾ, ਹਿੰਦੁਸਤਾਨ 'ਚ ਕਿਸੇ ਸੂਬੇ ਨੇ ਦਿੱਤਾ, ਅੰਕੜੇ ਦਿਖਾਏ ਅਸੀਂ ਜੀ ਜੀ, ਹੋਰ ਸੂਬਿਆਂ ਦੇ ਵਿੱਚ 5400 5500 ਤੋਂ ਵੱਧ ਨਹੀਂ ਹੈ ਕਿਤੇ ਜੀ, ਪੰਜਾਬ 'ਚ ਸਭ ਤੋਂ ਵੱਧ ਆ ਇਸ ਟਾਈਮ ਜਿਹੜਾ ਦਿੱਤਾ ਗਿਆ। ਸੈਕਿੰਡ, ਫੌਰੀ ਤੌਰ 'ਤੇ ਅੱਜ ਤੱਕ ਜਿੰਨੀ ਜਲਦੀ ਇਹ ਰਿਲੀਫ ਦਿੱਤਾ, ਕਿਸੇ ਵੀ ਖਰਾਬੇ ਦਾ, ਨੈਚੁਰਲ ਕਲੈਮਿਟੀ ਦਾ, ਇੰਨੀ ਫੌਰੀ ਰਿਲੀਫ ਨਹੀਂ ਦਿੱਤਾ। ਸੋ ਸਾਡਾ ਕਹਿਣ ਤੋਂ ਭਾਵ ਜੋ ਅਸੀਂ ਉਹਨਾਂ ਨੂੰ ਕਾਇਲ ਕੀਤਾ ਇਸ ਗੱਲ 'ਤੇ, ਜੋ ਤੁਸੀਂ ਸਟੇਟ ਗੌਰਮੈਂਟ ਜੋ ਕਰ ਸਕਦੀ ਸੀ ਉਹ ਵੱਧ ਤੋਂ ਵੱਧ ਵੱਧ ਤੋਂ ਵੱਧ ਕੀਤਾ। ਇਹਦੇ ਬਾਵਜੂਦ ਵੀ ਜਿਹੜੀ ਤੁਸੀਂ ਕਹਿੰਦੇ ਹੋ, ਉਹ ਇਸ ਕਰਕੇ ਰਿਹਾ ਵੀ ਕੁਛ ਗੱਲਾਂ ਜਿਹੜੀਆਂ ਕੇਂਦਰ ਨਾਲ ਸੰਬੰਧਿਤ, ਫਰਜ਼ ਕਰਿਆ ਬਾਸਮਤੀ ਦੀ ਪਰਚੇਜ ਦੀ ਗੱਲ ਆ, ਬਾਸਮਤੀ ਓਪਨ ਮਾਰਕੀਟ 'ਚ ਆ, ਬਾਸਮਤੀ MSP ਹੈ ਨਹੀਂ ਬਾਸਮਤੀ। ਓਕੇ ਪ੍ਰੋਫੈਸਰ, ਕੇਂਦਰ ਨਾਲ ਸੰਬੰਧਿਤ ਜਿਹੜੇ ਮੁੱਦੇ ਮੈਂ ਆਉਣਾ ਤੁਹਾਡੇ ਕੋਲ ਦੁਆਰਾ ਇਸ ਮੁੱਦੇ 'ਤੇ, ਪ੍ਰੋਫੈਸਰ ਮਨਜੀਤ ਸਿੰਘ ਇਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਜੋ ਵੱਧ ਤੋਂ ਵੱਧ ਕਰ ਸਕਦੀ ਸੀ ਅਸੀਂ ਉਹਦੇ ਲਈ ਕੀਤਾ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਗੱਲਬਾਤ ਬੇਸਿਟਾਰੀ ਨਹੀਂ। ਇਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਬਾਕੀ ਸੂਬੇ ਨਾਲੋਂ ਪੰਜਾਬ ਦੀ ਜਿਹੜੀ ਖੇਤੀ ਉਹ ਬਿਲਕੁਲ ਅਲੱਗ ਆ, ਇੱਥੇ ਖਰਚੇ ਸਮਾਨ ਨੂੰ ਛੂ ਗਏ ਆ, ਬਾਕੀ ਜਗ੍ਹਾ ਇੰਨੇ ਖਰਚੇ ਨਹੀਂ। ਜਦੋਂ ਤੁਸੀਂ ਇੱਥੇ ਠੇਕੇ 'ਤੇ ਜ਼ਮੀਨ ਕੋਈ ਕਿਸਾਨ ਲੈ ਕੇ ਕਰਦਾ, ਜਿਹਨੇ ਸੂਇਸਾਈਡ ਕੀਤਾ ਉਹਨੇ ਠੇਕੇ 'ਤੇ ਜ਼ਮੀਨ ਲਈ ਸੀ, 40,000 ਰੁਪਈਏ ਏਕੜ ਨੂੰ ਠੇਕਾ ਹੀ ਠੇਕਾ ਆ, ਅਤੇ 20,000 ਉਹਦਾ ਉੱਥੇ ਜੇ 15-20,000 ਰੁਪਈਏ ਖਰਚਾ ਹੁੰਦਾ, ਉਹ ਤਾਂ 60,000 ਦਾ ਖਰਚਾ ਹੀ ਹੋ ਗਿਆ, ਤੁਸੀਂ 8,000 ਦੇ ਕੇ ਕਿਵੇਂ ਉਹਨੂੰ ਸੈਟਿਸਫਾਈ ਕਰੋਗੇ। ਗੱਲ ਇਹ ਕਿ ਮੂੰਹ ਬੰਦ ਆਪਾਂ ਕਰ ਸਕਦੇ ਹਾਂ, ਦੂਜਿਆਂ ਦੇ ਆਪਾਂ ਨਕਸ਼ੇ ਦਿਖਾਤੇ, ਦੂਜਿਆਂ ਦੇ ਅੰਕੜੇ ਦਿਖਾਤੇ, ਮੂੰਹ ਤਾਂ ਬੰਦ ਕਰ ਦਾਂਗੇ ਉਹ ਲੋਕ, ਚਲੋ ਬੇਜ਼ਬਾਨ ਹੋ ਕੇ ਚਲੇ ਵੀ ਜਾਣਗੇ, ਨਿਰਾਸ਼ ਹੋ ਕੇ ਚਲੇ ਜਾਣਗੇ, ਪਰ ਅਸੀਂ ਉਹਨਾਂ ਦੇ ਅਸਲੀ ਮਸਲਿਆਂ ਦਾ ਹੱਲ ਉਹਨਾਂ ਨੂੰ ਨਹੀਂ ਦੇ ਪਾ ਰਹੇ। ਹੈਰਾਨੀ ਦੀ ਗੱਲ ਆ ਕਿ ਬਾਸਮਤੀ ਜਿਹੜੀ ਸੁਪੀਰੀਅਰ, ਜਿਹਦਾ ਵਧੀਆ ਦਾਣਾ, ਜਿਹਦੀ ਮਾਰਕੀਟ 'ਚ ਪ੍ਰਾਈਸ ਲਾਲਿਆਂ ਨੇ ਬਾਅਦ ਵਿੱਚ ਦੁੱਗਣੀ ਲੈਣੀ ਆ, ਲੋਕਾਂ ਕੋਲੋਂ ਲੈਣੀ ਆ, ਤਾਂ ਉਹਦਾ ਉਹਨੂੰ ਮਿਨੀਮਮ ਪ੍ਰਾਈਸ ਕਿਉਂ ਨਹੀਂ ਅਸੀਂ ਦੇ? ਇਹਨਾਂ ਦਾ ਕਹਿਣਾ ਕਿ ਕੁਛ ਗੱਲਾਂ ਜਿਹੜੀਆਂ ਸਾਡੇ ਬਸ ਨਹੀਂ, ਸੈਂਟਰ ਦੇ ਅਧੀਨ ਆਉਂਦੀਆਂ। ਨਹੀਂ, ਇਹ ਤਾਂ ਆਪਣੇ ਵੱਲੋਂ ਕੰਪਨਸੇਟ ਕਰਨ, ਸੈਂਟਰ 'ਚ ਕੌਣ ਆ? ਸੈਂਟਰ 'ਚ BJP ਆ, ਨਾਲ ਗਰੇਵਾਲ ਜੀ ਬੈਠੇ ਆ, ਇੱਥੇ ਇਕੱਠੀ ਸਰਕਾਰ ਚੱਲ ਰਹੀ ਆ। ਅਸੀਂ ਗਰੇਵਾਲ ਸਾਹਿਬ ਕੋਲ ਆਉਣਾ ਕਿਹੜੀ ਗੱਲ ਆ ਜੀ ਜੀ। ਗਰੇਵਾਲ ਸਾਹਿਬ, ਇਸ ਮੁੱਦੇ 'ਤੇ ਜਦੋਂ ਆਪਾਂ ਗੱਲ ਕਰਦੇ, ਜਿੱਦਾਂ ਪ੍ਰੋਫੈਸਰ ਚੰਦੂ ਮਾਜਰਾ ਨੇ ਵੀ ਇਹ ਗੱਲ ਕਹੀ ਕਿ ਜੋ ਪੰਜਾਬ 'ਚੋਂ ਕੀਤਾ ਜਾ ਸਕਦਾ ਸੀ ਉਹ ਕੀਤਾ,
कुछ इशू है जो सीधे तौर पर सेंटर नाल रिलेटेड है। जे आप गल करते हैं तो पंजाब ते केंद्र इस वेले दोनों भाईवाल दी सरकारां चाहे पंजाब चाहे केंद्र है, तो फिर दोनों सरकारां जिहड़ियां केंद्र ते पंजाब मिलकर क्यों नहीं बैठदियां ताकि किसानी नूं संकट चों कढ़िया जा सके? ऐसा नहीं कि सरकारां नहीं बैठदियां, इह जिहड़ी समस्या हैगी है ना इह अज दी नहीं है। किसान दी समस्या जिहड़ी इन्हां ने बासमती दी गल कीती है जी, खाली बासमती नहीं, जदों टमाटर दा टाइम हुंदा टमाटर सड़कां ते सिटना पैंदा, जदों आलू दा हुंदा आलू तो जिहड़े पुटणे आ जो खर्चा पैंदा उह वी किसान नूं नहीं कीमत नहीं मिलदी। इसे तरह प्याज दे टाइम ते आ, बाद च कीमतां 100-100 रुपए तक भी चली जांदियां ने, 50-50 तक भी चली जांदियां ने, उह विच दा जिहड़ा फर्क आ उह कौण लै के जांदा? और फिर किसान दी जिहड़ी MSP दी खरीद आ उह देर नाल शुरू हुंदी है, किसान करजाई हुंदा उहनूं उह डिस्ट्रेस सेल करनी पैंदी है। ओ कि पर गरीब साहब इहनूं कोई नत्थ तां पाएगा ना, इहनूं रोकेगा कौन? मैं इहदी गल करदा तुहानूं दस रिहा कि शहीद भगत सिंह दे चाचा अजीत सिंह जी ने पगड़ी संभाल जट्टा अंदोलन चलाया, उस वेले भी किसान नूं समस्या सी, कोई एक साल तां आई नहीं है, और उस तों बाद जदों सिकंदर रिहा दी सरकार आई, लंबा इस गल दा ना कि उदों तां आजादी भी नहीं सी, हुण अपनी सरकार है, मैं उस तों बाद पार्टी दी अपनी सरकार सारा दस रहा मैं, और उस तो बाद सर सिकंदर रिहाद की सरकार आई, सर छोटू राम नूं किसान दे कर्जे ते लाइन मारनी पई। टाइम तुहाडे कोल घट आ जी, पर मैं इहदे च सब तो वड्डी गल इह कहना कि एक 1.5 साल च NDA की जो सरकार आई है इहदे च ही किसानां दी समस्या नहीं खड़ी हुई। ओके, इहदा हल जिहड़ा हैगा जो पिछले 60 साल तो जां 65 साल तो जां 66 साल तो असीं नहीं कर सके, वह अज असीं 2 महीनिआं चाहिए उस तरह नहीं होना, इहदे लई कुछ तो लोंग टर्म पॉलिसी बननी है, कुछ हुणे अज जिहड़ा रिलीफ देना जिस तरह बादल साहब ने दिता और बाकियां स्टेटां तो ज़्यादा दिता, होर भी केंद्र नाल गल करके लिया जा सकता, देखो किसान का जिहड़ा हैगा ना जी नरमे ते खाली स्प्रे ही उहदी 8 तों 10 स्प्रे कीतियां ने, एक स्प्रे का खर्चा 3,000 या 3,300 रुपये आया तो उदा 40,000 तो यही खर्चा आ गया, इस करके 40,000 की उन्हें ठेके से जमीन ली जी, तो 80,000 रुपए चो बेचारा पै गया, तो उदा तो भरपाई जी असं इस तरह नहीं कर सकते। एक तो इंश्योरेंस गरीबा जी, फिर किसान जथेबंदियां वाजब ये गल कह रहे हैं कि 8,000 रुपए नाल उन्हां दी भरपाई नहीं हो सकती। देखो मैं किसान जथेबंदियां ने सारिया गलों नाल सहमत नहीं है, नहीं पर मुआवजे की गल करते हैं, मुआवजे की जी गल करते ठीक करते हैं, 40,000 के करीब मिलना चाहिए, मगर उदे लई पंजाब सरकार नहीं दे सकती, सक्षम ही नहीं कोई भी स्टेट गवर्नमेंट, वो केंद्र दे नाल गलबात करके जिन्ना भी हो सकता उहदे च भरपाई वो करनी चाहिए है। मैं असी भी उहदे हक चां, और बादल साहब तो मेरा ख्याल जिन्नी जल्दी उन्होंने फैसला लिया इन्नी जल्दी कदे कोई स्टेट गवर्नमेंट। ओके प्रोफेसर चंदू माजरी, जो आप गल करते हैं कि पंजाब दे विच भी जिहड़ा आप जिन्ना वध तों वध देण दी कोशिश की, इन्हां दा कहना कि सेंटर दे विच असी जे थोड़ा समा सानूं होया नहीं कर सकते, पर जितों तक पंजाब का मामला हैगा पिछले 8 साल तो अपनी सरकार है, पहले 5 साल भी तो हुण वाली भी सरकार भी, जिन 8 सालों के दौरान भी असी अपना किसानों के लिए कुछ बेहतर नहीं कर सके तो होर कितना समा चाहिए? नहीं क्यों नहीं कर सके, मैंने बड़ी हैरानी वाली गल जी, असं कहने भी कंपैरिजन करो, हिंदुस्तान च कोई ऐसी सरकार है जिहड़ी 6,000 करोड़ रुपया किसानों के ट्यूबवैलों का बिल भर दी हो, पंजाब सरकार भर रही है, कोई सरकार है जिन्हें पहलकदमी करके गन्ने का बकाया, क्योंकि गन्ने दियां चीनी दियां कीमतें एकदम डाउन आ गई, खंड मिलां घाटे चली गई, तो पॉलिसी तो सेंटर की सी एक्सपोर्ट इंपोर्ट की, UPA सरकार ने उदो ज़्यादा इंपोर्ट कर ली खंड, इन्ना गलाटा आ गया उहदे नाल हुण तक सूते नहीं आ रहा, हुण इंटरनेशनल मार्केट के चीनी आ गई उहदे नाल नुकसान हो गया, तो ये जिहड़ा हुण कंपनसेट किया पंजाब सरकार ने 774 करोड़ रुपए के करीब सहकारी ते प्राइवेट मिलों का दिता, हुण 644 करोड़ रुपया दिता कॉटन का, केंद्र सरकार का 5,400 रुपया, 2,600 करोड़ रुपया पर एकड़ पंजाब सरकार ने पाया, ये तो वध मैं असं ये कहने ये तो वध होर कोई देश च सरकार दिंदी होवे, ये ठीक आ प्रोफेसर साहब ने गल कहती भी इत्थे खर्चे ज़्यादा होंदे आ, पर मैं कहना भी जी गवर्नमेंट ऑफ इंडिया की पिछे से चलती पॉलिसी आ रही है उन्होंने एकदम किमें चेंज कर दी है? हूँ देखो इन्होंने हालांकि प्रोफेसर ने इन्होंने चंगी तरह पता पोलीटिकल तौर पर किसी गल को कहना होर गल आ, जे सही मायने में तथ्य करिए बासमती हूँ ओपन मार्केट जा, बासमती हुण सरकार तां खरीद नहीं रही, सरकार ने पास करता, पंजाब गवर्नमेंट ने कहा सी मिनिमम प्राइस देंगे पर मार्केट में मिल नहीं रही, कदों कि उन्होंने दूजे तां दे दूजे 1,450 रुपया देंगे, ये पास किसान जथेबंदियां मैं मिच दी मीटिंग दे 1509 जिहड़ी आ उह तां मिनिमम प्राइस ते बिक रही आ, उह तां सारे बिक रही आ, उह क्योंकि PDF चले ली प्रोफेसर जिहड़ी कि पिछली वारी 5,000 बिकी सी 1400, इहनूं रल गड़ ना करिए, 1509 PDF च आ गई मिनिमम MSP
ਉਸੇ ਉਹਦੀ ਦੋ ਵੈਰਾਈਟੀ ਆ ਹੈ ਤਾਂ ਹੈ ਤਾਂ ਪਾਸ ਨੋ 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 ਐਮਐਸਪੀ ਉਸੇ ਚ ਆਉਂਦੀ ਹੈ ਜਿਹੜੀ ਪੀਡੀਐਸ ਚ ਆ ਜੇ ਇਹਨੂੰ ਪਹਿਲਾਂ ਸੈਂਟਰ ਤੋਂ ਬਾਦਲ ਸਾਹਿਬ ਜ਼ੋਰ ਲਾ ਕੇ ਮਨਾ ਕੇ ਨਵਾਂ ਐਡ ਕਰਾ ਕੇ ਆਏ ਵੀ 1509 ਨੂੰ ਐਮਐਸਪੀ ਦੇ ਜੇ ਲਓ ਪੀਡੀਐਸ ਚ ਅਸੀਂ ਆਪਣੇ ਮਹਿਮਾਨਾਂ ਨਾਲ ਕਈ ਅਹਿਮ ਮੁੱਦਿਆਂ ਤੇ ਚਰਚਾ ਕਰ ਰਹੇ ਹਾਂ ਪਰ ਮੇਰੀ ਮਜਬੂਰੀ ਹੈ ਕਿ ਛੋਟਾ ਜਿਹਾ ਬ੍ਰੇਕ ਲੈਣ ਦੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਚਰਚਾ ਦੁਬਾਰਾ ਜਾਰੀ ਰੱਖਾਂਗੇ ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਗ੍ਰਿਵਲ ਸਰ ਬ੍ਰੇਕ ਤੋਂ ਪਹਿਲਾਂ ਜਿਹਨਾਂ ਆਪਾਂ ਮੁੱਦਿਆਂ 'ਤੇ ਚਰਚਾ ਕਰ ਰਹੇ ਸੀ ਉਹਦੇ 'ਚ ਇਹ ਵੀ ਇੱਕ ਅਹਿਮ ਮਾਮਲਾ ਸ਼ਾਮਲ ਆ ਕੇ ਜਦੋਂ ਸਵਾਲ ਆਉਂਦਾ ਕਿ ਕੀਟਨਾਸ਼ਕ ਦਵਾਈਆਂ ਦਾ ਚਾਹੇ ਜਾਅਲੀ ਕੀਟਨਾਸ਼ਕ ਦਵਾਈਆਂ ਨਹੀਂ ਹੈ ਉਹਦੇ 'ਤੇ ਇਨਕੁਆਇਰੀ ਵੀ ਹੋ ਰਹੀ ਹੈ ਕੀ ਇਹਦੇ 'ਤੇ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਦੋਨਾਂ ਸਟੇਟਾਂ ਦੀ ਨਹੀਂ ਬਣਦੀ ਕਿ ਜਦੋਂ ਹਾਲਾਤ ਵਿਗੜਨ ਤੋਂ ਪਹਿਲਾਂ ਉਹ ਦਵਾਈਆਂ ਪੰਜਾਬ 'ਚ ਵੰਡੀਆਂ ਗਈਆਂ ਵੇਗੀਆਂ ਉਸ ਤੋਂ ਬਾਅਦ ਹੁਣ ਆਪਾਂ ਜਾਂਚ ਕਰ ਰਹੇ ਹਾਂ ਕੁਛ ਅਫਸਰਾਂ ਨੂੰ 5G ਲਾਇਆ ਜਾ ਰਿਹਾ ਉਹ ਤੋਂ ਪਹਿਲਾਂ ਕੋਈ ਸਿਸਟਮ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਰੋਕ ਸਕੀਏ ਦੇਖੋ ਇਸ ਤਰ੍ਹਾਂ ਇਹਦੇ ਲਈ ਸਟੇਟ ਗਵਰਨਮੈਂਟ ਨੂੰ ਰਿਸਪੋਂਸੀਬਲ ਕਹਿਣਾ ਮੈਂ ਸਮਝਦਾ ਬਹੁਤ ਗਲਤ ਹੈ ਜੀ ਸਟੇਟ ਜਿਹੜੀ ਏਜੰਸੀਜ਼ ਨੇ ਉਹਨਾਂ ਨੇ ਤਾਂ 10% ਹੀ ਦਵਾਈਆਂ ਦਿੱਤੀਆਂ ਨੇ ਬਾਕੀ ਜਿਹੜੀਆਂ 90% ਨੇ ਉਹ ਜਿਹੜੇ ਡੀਲਰਸ ਨੇ ਪ੍ਰਾਈਵੇਟ ਜਾਂ ਪ੍ਰਾਈਵੇਟ ਕੰਪਨੀਜ਼ ਨੇ ਉਹਨਾਂ ਨੇ ਦਿੱਤੀਆਂ ਨੇ ਔਰ ਗ੍ਰੇਵਸ ਸਰਕਾਰ ਦੇ ਹੁੰਦਿਆਂ ਇੱਕ ਸਿਸਟਮ ਦੇ ਚੱਲਦਿਆਂ ਔਰ ਦੂਸਰਾ ਮਰਜ਼ੀ ਕਬਲੇ ਵਿੱਚ ਇੱਕ ਚੀਜ਼ ਹੋਰ ਵੀ ਕਹਿਣੀ ਚਾਹੁੰਦਾ ਜਿਹੜੀ ਸਮਝਣ ਦੀ ਜ਼ਰੂਰਤ ਆ ਜਿੰਨੀ ਜ਼ਮੀਨ ਸਾਡੀ ਨਸ਼ੀਲੀ ਹੋ ਗਈ ਆ ਉਹ ਜਿਹੜੀ ਸਫੈਦ ਮੱਖੀ ਆ ਉਹਦੇ 'ਤੇ ਪੂਰਾ ਅਸਰ ਹੀ ਨਹੀਂ ਹੁੰਦਾ ਇਹ ਦਵਾਈਆਂ ਦਾ ਕਿਉਂਕਿ ਪਾ ਪਾ ਕੇ ਅਸੀਂ ਇਹ ਜ਼ਹਿਰੀਲਾ ਕਰ ਲਿਆ ਇਸ ਤਰ੍ਹਾਂ ਦੇ ਕੀੜੇ ਆ ਗਏ ਨੇ ਜੀ ਔਰ ਹੁਣ ਜਿਹੜੇ ਉਹ ਕਪਾਹ ਨੂੰ ਚੁਣਦੇ ਆ ਨਾ ਉਹਨਾਂ ਔਰਤਾਂ ਨੂੰ ਜਾ ਕੇ ਦੇਖੋ ਉਹਨਾਂ ਦੀ ਚਮੜੀ ਉੱਠੀ ਹੋਈ ਹੈ ਸਰ ਨਹੀਂ ਉਹ ਤਾਂ ਬਿਲਕੁਲ ਠੀਕ ਹੈ ਇਹਦੇ ਲਈ ਜਿਹੜਾ ਸਾਡਾ ਸਿਸਟਮ ਆ ਉਹ ਦੋਸ਼ੀ ਆ ਅਸੀਂ ਜਿਹੜੇ ਸਾਡੇ ਐਗਰੀਕਲਚਰਲ ਸਾਇੰਟਿਸਟ ਨੇ ਉਹਨਾਂ ਨੇ ਵੀ ਇਹ ਬਹੁਤ ਬੜਾ ਨੁਕਸਾਨ ਕੀਤਾ ਸਾਨੂੰ ਔਰਗੈਨਿਕ ਫਾਰਮਿੰਗ ਦੀ ਤਰਫ ਵਧਣਾ ਪੈਣਾ ਓਕੇ ਪ੍ਰੋਫੈਸਰ ਚੰਦੂ ਮਾਜਰੀ ਜੀ ਕਿਤੇ 'ਚ ਇਹ ਵੀ ਅਹਿਮ ਸਵਾਲ ਜਿਹੜੀ ਵਿਰੋਧੀ ਧਿਰ ਵੱਲੋਂ ਖਾਸ ਤੌਰ 'ਤੇ ਗੱਲ ਕੀਤੀ ਜਾ ਰਹੀ ਹੈ ਜਦੋਂ ਆਪਾਂ ਕਹਿੰਦੇ ਕਿ ਡਾਇਰੈਕਟਰ ਐਗਰੀਕਲਚਰ ਨੂੰ ਹਟਾ ਕੇ ਉਹ ਇਸ ਵੇਲੇ ਜੇਲ੍ਹ 'ਚ ਵੀ ਇਨਕੁਆਇਰੀ ਵੀ ਚੱਲ ਰਹੀ ਹੈ ਡਾਕਟਰ ਮੰਗਲ ਸਿੰਘ ਦੀ ਜੀ ਆਪਾਂ ਗੱਲ ਕਰਦੇ ਹਾਂ ਪਰ ਇੱਕ ਨਾਲ ਇਹ ਵੀ ਮਾਮਲਾ ਉੱਠਿਆ ਕਿ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਐਗਰੀਕਲਚਰ ਮਿਨਿਸਟਰ ਹੈ ਉਹ ਵੀ ਤਾਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਕਿਉਂਕਿ ਡਿਪਾਰਟਮੈਂਟ ਉਹਦੇ ਅੰਦਰ ਸਾਰਾ ਕੁਝ ਹੁੰਦਾ ਨਹੀਂ ਗੱਲ ਬੜਾ ਭੁਲੇਖਾ ਲੋਕਾਂ ਨੂੰ ਜੀ ਵੀ ਪਤਾ ਨਹੀਂ ਡਾਕਟਰ ਮੰਗਲ ਸਿੰਘ ਜਿਹੜੇ ਡਾਇਰੈਕਟਰ ਆ ਉਹਨਾਂ ਨੂੰ ਦਵਾਈਆਂ ਦੇ ਵਿੱਚ ਮਿਲਾਵਟ ਕਰਕੇ ਅੰਦਰ ਕੀਤਾ ਇਹ ਨਹੀਂ ਕੀਤਾ ਡਾਕਟਰ ਮੰਗਲ ਸਿੰਘ ਨੂੰ ਅੰਦਰ ਕੀਤਾ ਉਹਨੇ ਜਿਹੜਾ ਪ੍ਰੋਸੀਜਰ ਸੀ ਉਹ ਠੀਕ ਨਹੀਂ ਅਡਾਪਟ ਕੀਤਾ ਬੇਨਿਯਮੀਆਂ ਕੀਤੀਆਂ ਪ੍ਰੋਸੀਜਰ ਦੇ ਵਿੱਚ ਇਸ ਕਰਕੇ ਮੈਂ ਦੱਸਦਾ ਨਾ ਜੀ ਨਹੀਂ ਆਈਆਂ ਜਿਹੜੀਆਂ ਸਰਕਾਰ ਨੇ ਖਰੀਦੀਆਂ ਦੇਖੋ ਹੁਣ ਐਂ ਤਾਂ ਨਹੀਂ ਹੈ ਵੀ ਟੇਬਲ 'ਤੇ ਬੈਠ ਕੇ ਹਰੇਕ ਕਹਿੰਦੇ ਵੀ ਗਲਤ ਆਈਆਂ ਸਰਕਾਰ ਨੇ ਜਿਹੜੀ ਦਵਾਈ ਫੇਲ ਹੋਈ ਹੈ ਮੈਂ ਉਹੀ ਦੱਸਦਾ ਫੇਲ ਨਹੀਂ ਨਾ ਹੋਇਆ ਇਹੀ ਤਾਂ ਗੱਲ ਆ ਇਹ ਟੋਟਲ ਗਲਤ ਪੁੱਟ ਕੀਤੀ ਜਾ ਰਹੀ ਹੈ ਪਿਕਚਰ ਜਿੰਨੀ ਦਵਾਈ ਖਰੀਦੀ ਆ ਉਹ ਦਵਾਈ ਦੇ ਟੈਂਡਰ ਲੱਗੇ ਨੇ ਅਤੇ ਦਵਾਈ ਉਹ ਟੈਸਟ ਹੋਈ ਆ ਪਹਿਲਾਂ 5 ਗੁੱਲੇ ਲੈਬ ਦੇ ਵਿੱਚ ਇੱਥੇ ਫਿਰ ਓਬਜੈਕਸ਼ਨ ਆਇਆ ਕੁਛ ਵਿਰੋਧੀ ਪਾਰਟੀਆਂ ਵੱਲੋਂ ਈਵਨ ਆਪਣੇ ਸੁਨੀਲ ਜਾਖੜ ਜੀ ਨੇ ਵੀ ਕੀਤਾ ਫਿਰ ਬਾਦਲ ਸਾਹਿਬ ਨੇ ਕਿਹਾ ਵੀ ਜੇ ਤੁਹਾਡਾ ਨਹੀਂ ਆਪਾਂ ਉੱਥੇ ਦੂਜੀ PAU ਦੀ 'ਚ ਕਰਾਓ ਉੱਥੇ ਵੀ ਲੈਬ 'ਚ ਕਰਾਇਆ ਉੱਥੇ ਵੀ ਉਹ ਸਹੀ ਪਾਈ ਗਈ ਇਹ ਸਿਰਫ ਜਿਵੇਂ ਦੱਸਿਆ ਵੀ 10% ਹੀ ਦਵਾਈ ਆ ਅਤੇ ਇਹ ਜਿਹੜਾ ਡਾਕਟਰ ਮੰਗਲ ਸਿੰਘ ਨੂੰ ਕੀਤਾ ਇਹ ਤਾਂ ਪ੍ਰੋਸੀਜਰ ਉਹਨੇ ਬੇਨਿਯਮੀਆਂ ਕੀਤੀਆਂ ਉਹਦੇ ਕਰਕੇ ਅੰਦਰ ਕੀਤਾ ਹਾਲਾਂਕਿ ਉਹਨੇ ਜਿਹੜਾ ਮੰਤਰੀ ਆ ਜਹਿਦਾ ਤੋਤਾ ਸਿੰਘ ਉਹਨੇ ਮਤਲਬ ਜੋ ਉਹਨੇ ਆਰਡਰ ਕੀਤੇ ਸੀ ਉਹਨੂੰ ਫਾਲੋ ਨਹੀਂ ਕੀਤੇ ਇਟ ਮੀਨਸ ਫਿਰ ਜਹਿਦਾ ਤੋਤਾ ਸਿੰਘ ਕਿੱਥੇ ਦੋਸ਼ੀ ਹੋ ਗਿਆ ਕੋਈ ਜ਼ਿੰਮੇਵਾਰੀ ਨਹੀਂ ਹੈ ਕਿਵੇਂ ਹੋਈ ਜਦੋਂ ਮੰਤਰੀ ਨੇ ਆਰਡਰ ਕੀਤੇ ਉਹਨੇ ਅੱਗੇ ਡਾਇਰੈਕਟਰ ਨੇ ਬੇਨਿਯਮੀ ਕੀਤੀ ਆ ਅਣਦੇਖੀ ਕੀਤੀ ਅਤੇ ਜਦੋਂ ਉਹਦਾ ਪਤਾ ਲੱਗਿਆ ਉਹਨੂੰ ਅੰਦਰ ਕਰਤਾ ਜਿਵੇਂ ਹੁਣ ਦਵਾਈਆਂ ਦੀ ਗੱਲ ਕੀਤੀ ਆ ਦਵਾਈਆਂ ਦੇਖੋ ਹੁਣ ਸਰਕਾਰ ਮਤਲਬ ਦੇ ਨੋਟਸ ਵੀ ਜਦੋਂ ਗੱਲ ਆਉਂਦੀ ਆ ਉਦੋਂ ਹੀ ਸਰਕਾਰ ਐਕਸ਼ਨ ਕਰਦੀ ਆ ਉਹ ਕਿ ਤੁਹਾਡੇ ਲਿਹਾਜ਼ ਦੇ ਨਾਲ ਤੁਹਾਨੂੰ ਲੱਗਦਾ ਕਿ ਐਗਰੀਕਲਚਰ ਮਿਨਿਸਟਰ ਨੇ ਇੱਕ ਮਿੰਟ ਇਹੋ ਜਿਹਾ ਕੋਈ ਸਿਸਟਮ ਨਹੀਂ ਗੱਲ ਸੁਣੋ ਤੁਸੀਂ ਬਹੁਤ ਟਾਈਮ ਲੈਂਦੇ ਆ ਜੀ ਇਹੋ ਜਿਹਾ ਕੋਈ ਸਿਸਟਮ ਨਹੀਂ ਕਿ ਅੱਖਾਂ ਦੇ ਸਾਹਮਣੇ ਜਦ ਲੋਕ ਮਰਨ ਲੱਗ ਜਾਣਗੇ ਜਦ ਲੋਕ ਭੜਕ ਜਾਣਗੇ ਰੇਲਾਂ ਰੋਕਣਗੇ 500 ਕਰੋੜ ਦਾ ਕਿ ਕਿੰਨਾ ਜਿਹੜਾ ਕਹਿੰਦੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਜੋ ਵੀ ਰੇਲਾਂ ਕਰਕੇ ਜੋ ਵੀ ਹੋਇਆ ਜੀ
ये ठीक है, मतलब ये कोई नुकसान है इस तरह ना, वो तो देश का नुकसान है, साढ़े सारे का नुकसान है, पर उन्होंने देखो ये कहते असं फिर उदो काम करा, पहले सूँ कोई देखने की लड़ नहीं। जे 90% प्राइवेटा दिया भी इतने दे दवाइया सपूरियस गई हैं, सारा लोगों ने नहर च सुट दिया दवाइया, तुम कई बंद फट के जेल च दिता जिन्हें नहर च सुट ₹3,00,000 फड़ा देंगे। केजरीवाल साहब का गुस्सा हुण बादल तक नरमा पट्टी जो करोड़ अरबा रुपए का नुकसान हुआ, कितने तो लगता है कि सरकार लेट जागी है, अणगहली हैगी, समुचे तौर पर साफ नहीं कर सकते, देखो कोई जिम्मेवारी नहीं है। जगतार जी गल सुनो, ये कहने बड़िया गल्लां जी, जो आप फैक्ट से गल करते हैं उदों तो फिर सच मनना चाहिए जी। मैं कहना, मैं ऐलानिया कहना भी हिंदुस्तान के, मैं पंजाब जा अज तक सरकार की गल नहीं करता, हिंदुस्तान नहीं जी 8,000 रुपए पर दे रही हो जी, जी, कोई सरकार ऐसे नहीं जिन्हें इन्नी जल्दी रिलीफ दिता हो, हिंदुस्तान च मैं कह रहा, और कोई सरकार 2,500 करोड़ रुपया एक टर्म दे बिल का भरता हो, जो कोई एजिटेशन चलती है, जो कोई इस तरह की आफत आती है, सरकार इनिशिएटिव लैंदी है। सरकार से तुम ये नहीं दोष ला सकते भी सरकार सुती रही, सरकार ने कोई इनिशिएटिव नहीं ले। प्रोफेसर एड्डी वड्डी तबाही होगी आखिरकार रातों रात नहीं हुई, एक प्रोसैस है, पहला फसल कमलाउणियां शुरू होनियां माड़ियां होनियां, आखिरकार जो साडे साइंटिस्ट गए नहीं गए, दवाइया किदां आईयां, स्पोरिस मेडिसिन सारा कुछ एक लंबा प्रोसैस। जो तो यह गल आई सामने जी उदों तो ही एक्शन शुरू हुए, हुण ये कहणगे जी पहला हुण दस पता लगूगा फिर जो मरीज मरन लगे फिर पता लगा दवाइया। गरेवाल साहब नूं भी आपां मौका दिंदे आं गल करन दा, गरेवाल साहब जिहड़ा इशू है जिहड़ा पैदा होया इहदे लई किसे ना किसे तरह जिहड़ियां दवाइया का इशू मामला इन्हें उभर के सामने इदा जिदा बहुत वड्डी पद्धर से नुकसान भी होया, आखिर अगर तुसी कहोगे कि सरकार की कितने जिम्मेवारी नहीं है, इस तरह पंजाब च ही नहीं होया, हरियाणा च भी होया। हरियाणा च भी तो सरकार है, कोई दस हरियाणा च भी सरकार है, पर जिन्ना क्विक एक्शन पंजाब सरकार ने सीएम ने किया स्पेशली, मैं उन्होंने सल्यूट करदा चीफ मिनिस्टर। ओके ओके चलो ये गल ये बहुत अच्छा। दूसरी गल मैं कहना इहदा जिहड़ा हल जी, इह गल है जे जिहड़ा हल हैगा वह भी मैं दस दिंदा, इहदा हल है कि एक तो एग्रीकल्चर का बजट अलग तो आवे केंद्र च जी, वो आऊगा जो एग्रीकल्चर स्टेट सब्जेक्ट है, इस करके वो बजट नहीं लिया पाते, तो वह सेंट्रल सब्जेक्ट बनूगा जी। और हुण खेती जी चंदू माजरा जी ने भी जिदा पहला गल करते असं जिहड़ा ये कहिंदे सी कि जिहड़ी एग्रीकल्चर है ये हुण पहला वाली नहीं रही, पहला तो सारिया चीज़ा पिंड च बन जांदियां सी, पिंड च ही सारियां पूरियां हो जांदियां सी, किसी नूं बाहरों कुछ खरीदने की लोड़ नहीं सी पैंदी, कुम्हार बर्तन बनांदा सी, बाकी सारे इदां ही आपस मिलजुल के लोहार दूजे संद वगैरह बनांदा सी। हुण जिहड़ी जरूरतां ने किसान दीआं वी उह जिहड़ियां ने एग्रीकल्चर जिहड़ी आ उह मॉडर्न हो गई है, वो मॉडर्न एग्रीकल्चर के अंदर किसान के खर्चे भी बढ़ गए ने, इनपुट्स बढ़ गए ने जी, जी। उसके लिए नवी पॉलिसी नवी सोच तो उस दिशा में सानू बदलना पड़ेगा। ओके ओके और ओके प्रेसर मैं जोश नाल नहीं कुछ भी होना। प्रेसर एक 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 मिनट मैं तुहानू मौका दिंदा, एक मिनट प्रेसर वल पहले जाना चाहना। प्रेसर इस मुद्दे के उत्ते जे लगता है कि भी सरकार ने इन्ना कुछ किया, तुहानू पता कि किसान जथेबंदियां उन्होंने बकायदा हजारा तौर पर ऐलान किया कि 22 तरीक न असी जगह जे सारे अकाली लीडर है उन्होंने घराव करा प्रोटेस्ट करा। संखेप मैं जानना चाहना कि इस तुम तो लगता है कि
ਅਕਾਲੀ ਦਲ ਦਾ ਪਿੰਡਾਂ 'ਚੋਂ ਕੋਈ ਉਧਾਰ ਖੁੱਸ ਗਿਆ ਕਿ ਕਿਉਂ ਕਿਸਾਨਾਂ ਦੇ ਨਾਲ ਜਾ ਕੇ ਕਿਸਾਨ ਜਥੇਬੰਦੀਆਂ ਨਾਲ ਪਹਿਲੀ ਗੱਲ ਤਾਂ ਲੋਕ ਬਿਲਕੁਲ ਬਰੀਫ ਜਗਤਾਰ ਦੀ ਗੱਲ ਹੈ ਲੋਕ ਰਾਜ 'ਚ ਬੋਲਣ ਦਾ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਹੱਕ ਆ ਜੀ ਜੀ ਪਰ ਮੈਂ ਕਹਿ ਸਕਦਾ ਜੇ ਸਰਕਾਰ ਨੇ ਇਨੀਸ਼ੀਏਟਿਵ ਲਏ ਸੀ ਜਾਂ ਕੱਲ੍ਹ ਬਾਦਲ ਸਾਹਿਬ ਨੇ ਦਲੀਲ ਦੇ ਕੇ ਫੈਕਟਸ ਐਂਡ ਫਿਗਰ 'ਤੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਪਿਕਚਰ ਰੱਖੀ ਤਾਂ ਹੀ ਰੇਲ ਰੋਕੂ ਧਰਨਾ ਚੱਕਿਆ ਕਿਸਾਨ ਜਥੇਬੰਦੀਆਂ ਨੇ ਅੱਜ ਤੱਕ ਨਹੀਂ ਚੱਕਿਆ ਜੀ ਇਹ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਅਤੇ ਜਿੱਥੇ ਤੱਕ ਤੁਸੀਂ ਕਹਿੰਦੇ ਵੀ ਹੁਣ ਵਿਰੋਧ ਕਰ ਰਹੇ ਨੇ ਹਾਂ ਕਰਾਓ ਕਰਨ ਦੀ ਗੱਲ ਜਿਹੜੀ ਕਹੀ ਆ ਉਹਨਾਂ ਨੇ ਉਹਨਾਂ ਜੀ ਸਰ ਕੇ ਕਹਿਣ ਪਰ ਜੋ ਅਸੀਂ ਗੱਲ ਸਾਡੀਆਂ ਮਜਬੂਰੀਆਂ ਨੇ ਅਸੀਂ ਉਹਨਾਂ ਦੱਸਿਆ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਰਹਿ ਗਈਆਂ ਭਾਵੇਂ ਬਾਸਮਤੀ ਵਾਲੀ ਗੱਲ ਆ ਭਾਵੇਂ 8,000 ਤੋਂ ਵੱਧ ਹੋਰ ਕੰਪਨਸੇਸ਼ਨ ਠਾਕੇ ਹਾਂ ਉਹ ਅਸੀਂ ਜ਼ਰੂਰ ਜ਼ੋਰ ਨਾਲ ਖਾਵਾਂਗੇ ਓਕੇ ਪ੍ਰਸੰਨਜੀਤ ਸਿੰਘ ਤੁਸੀਂ ਕਹਿਣਾ ਚਾਹੁੰਦੇ ਹੋ ਹਰ ਰੋਜ਼ ਕਿਸਾਨ ਫਾਹਾ ਲੈ ਕੇ ਮਰ ਰਹੇ ਆ ਉਹ ਕੁਲਦੀਪ ਸਿੰਘ ਇਸ ਪ੍ਰੋਟੈਸਟ 'ਚ ਹੀ ਮਰ ਗਿਆ ਜਿਹਨੇ ਕਿਰਾਏ 'ਤੇ ਜ਼ਮੀਨ ਲਈ ਸੀ ਉਹਨੂੰ ਪਤਾ ਲੱਗ ਗਿਆ ਮੇਰਾ ਇੰਨਾ ਕਰਜ਼ਾ ਸ਼ਰਮ ਦੀ ਗੱਲ ਆ ਅਜੇ ਵੀ ਕਹੀ ਜਾਈਏ ਸਾਡੇ ਅੱਖਾਂ ਸਾਹਮਣੇ ਆਹ ਕੁਝ ਹੋਣ ਦਾ ਕਿ ਨਹੀਂ ਜੀ ਅਸੀਂ ਤਾਂ ਬਹੁਤ ਚੰਗਾ ਕੀਤਾ ਅਸੀਂ ਤਾਂ ਦੂਜਿਆਂ ਸੂਬਿਆਂ ਨਾਲ ਬਹੁਤ ਚੰਗਾ ਕੀਤਾ ਇੱਥੇ ਇੰਨੀ ਵੱਡੀ ਗਿਣਤੀ 'ਚ ਕਿਸਾਨਾਂ ਦੇ ਉੱਤੇ ਕਰਜ਼ਾ ਆ 50,000 ਕਰੋੜ ਰੁਪਈਏ ਤੱਕ ਕਰਜ਼ਾ ਆ ਕਿਸਾਨ ਦਾ ਉਹਨਾਂ 'ਚੋਂ 20% ਇਹੋ ਜਿਹੇ ਜਿਹੜੇ ਕਦੀ ਕਰਜ਼ੇ 'ਚੋਂ ਨਿਕਲ ਹੀ ਨਹੀਂ ਸਕਦੇ ਕਰਜ਼ੇ 'ਚ ਆ ਉਹਨਾਂ ਸਾਰਿਆਂ ਨੇ ਹੌਲੀ ਹੌਲੀ ਸੁਸਾਈਡ ਕਰਨਾ ਸਾਡੇ ਕੋਲ ਪਾਲਿਸੀ ਕੀ ਆ ਉਹਨਾਂ ਨੂੰ ਬਾਹਰ ਨਹੀਂ ਲਿਆ ਸਕਦੇ ਉੱਥੇ ਸਾਨੂੰ 20-25% 30% ਬੰਦਿਆਂ ਨੂੰ ਖੇਤੀ 'ਚੋਂ ਕੱਢ ਕੇ ਦੂਜੇ ਪਾਸੇ ਪਰ ਉਹਨਾਂ ਨੂੰ ਪੜ੍ਹਾਇਆ ਨਹੀਂ ਉਹਨਾਂ ਦੀ ਉਹ ਇੰਨੇ ਅਨਪੜ੍ਹ ਆ ਉਹ ਕਿਤੇ ਕੰਮ ਵੀ ਨਹੀਂ ਕਰ ਸਕਦੇ ਹਾਲਤ ਇੰਨੀ ਮਾੜੀ ਕੀਤੀ ਆ ਇਹ ਕਹੀ ਜਾਂਦੇ ਆ ਇਹ ਜੀ ਦੂਜੇ ਥੈਂਕ ਯੂ ਵੈਰੀ ਮੱਚ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਕਿਸਾਨਾਂ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕਿ ਪੰਜਾਬ 'ਚ ਕਿਸਾਨੀ ਦੀ ਕਿਹੋ ਜਿਹੀ ਤ੍ਰਾਸਦੀ ਹੈ ਖਾਸ ਤੌਰ 'ਤੇ ਜਦੋਂ ਆਪਾਂ ਨਰਮਾ ਪੱਠੀ ਦੀ ਗੱਲ ਕਰਦੇ ਹਾਂ ਇਸ ਵੇਲੇ ਪੰਜਾਬ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਨਜ਼ਰੀਆ ਵੱਖਰਾ ਹੋ ਸਕਦਾ ਹੈ ਉਹਦੇ ਲਈ ਜਿਹੜਾ ਹੈਗਾ ਉਹਨੂੰ ਬਚਾਉਣ ਦੀ ਜ਼ਰੂਰਤ ਹੈ ਇਸ ਬਹਿਸ ਦੇ ਵਿੱਚ ਇਹਨਾਂ ਮੁੱਦਿਆਂ 'ਤੇ ਸ਼ਾਮਿਲ ਹੋਣ ਦੇ ਲਈ ਮੈਂ ਪ੍ਰੋਫੈਸਰ ਚੰਦੂ ਮਾਜਰਾ ਜੀ ਪ੍ਰੋਫੈਸਰ ਮਨਜੀਤ ਸਿੰਘ ਗਰੇਵਾਲ ਦੀ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹੈ ਔਰ ਬਹਿਸ ਬਾਰੇ ਕੋਈ ਵੀ ਆਪਣੀ ਰਾਏ ਦੇਣੀ ਹੋਵੇ ਸਾਡਾ ਸੁਝਾਅ ਹੈ ਸਾਡਾ ਪਤਾ ਜਗਤਾਰ ਸਿੱਧੂ @globalpanjabtv.com